ਅਸਲਾਮੁਅਲੈਕਮ ਜੀ, ਉਹ ਗੱਲ ਕਰਦੇ ਸੀ ਕਿ ਕਾਇਦੇ ਆਜ਼ਮ ਰਹਿਮਤੁੱਲਾ ਅਲੈਹ ਨੇ ਫਰਮਾਇਆ ਦੋ ਕੌਮੀ ਨਜ਼ਰੀਆ ਦੇ ਬਾਰੇ 'ਚ ਕਿ ਪਾਕਿਸਤਾਨ ਉਸ ਦਿਨ ਹੀ ਮਾਰਜ਼ੇ ਵਜੂਦ ਦੇ ਵਿੱਚ ਆ ਗਿਆ ਜਿਸ ਦਿਨ ਹਿੰਦੁਸਤਾਨ ਦਾ ਪਹਿਲਾ ਬੰਦਾ ਮੁਸਲਮਾਨ ਹੋਇਆ। ਉਹ ਸ਼ਖਸ ਪਹਿਲੀ ਕੌਮ ਦਾ ਨੁਮਾਇੰਦਾ ਨਹੀਂ ਜਾਂ ਸ਼ਖਸ ਫਰਦ ਨਹੀਂ ਰਿਹਾ, ਦੂਜੀ ਮੁਸਲਮਾਨ ਹੋ ਗਿਆ। ਉਹ ਦੋ ਕੌਮੀ ਨਜ਼ਰੀਆ ਸੀ। ਇਸੇ ਤਰ੍ਹਾਂ ਸਾਡੇ ਮੁਲਕ ਦੇ ਵਿੱਚ ਵੀ ਦੋ ਹੀ ਕੌਮੀ ਨਜ਼ਰੀਏ ਆ, ਇੱਕ ਆਵਾਮ ਇੱਕ ਖਵਾਸ। ਔਰ ਆਵਾਮ 'ਚ ਕਾਸ਼ਤਕਾਰ ਤਬਕਾ ਵੀ ਆ ਜਾਂਦਾ। ਉਹ ਬੰਦੇ ਗੱਲ ਕਰਦੇ ਸੀ, ਕਹਿੰਦੇ ਤੁਸੀਂ ਰੌਲਾ ਬੜਾ ਕਾਸ਼ਤਕਾਰ ਪਾਉਂਦੇ ਆ, ਜਿਹੜਾ ਹੈ ਤੁਹਾਡੇ ਨੁਮਾਇੰਦੇ ਅਸੈਂਬਲੀਆਂ 'ਚ ਉਹ ਬੋਲਦੇ ਕਿਉਂ ਨਹੀਂ? ਉਹ ਬੋਲਦੇ ਆ। ਉਹ ਕਹਿੰਦੇ ਜਨਾਬ ਸਪੀਕਰ ਜੇ ਤਾਂ ਬਹੁਤ ਹੈ, ਜਨਾਬ ਸਪੀਕਰ ਸਲਾਮੁਅਲੈਕਮ। ਕਹਿੰਦੇ ਪੰਜੇ ਉਂਗਲਾਂ ਜਿਹੜੀਆਂ ਅਲੈਹਦਾ ਦੇਖ ਲਓ ਇਹਨਾਂ ਦੇ ਕੱਦ, ਲੇਕਿਨ ਖਾਣ ਵੇਲੇ ਇੱਕੋ ਜਿਹੀਆਂ ਹੋ ਜਾਂਦੀਆਂ। ਉਹ ਸਾਡੇ ਨੁਮਾਇੰਦੇ ਨਹੀਂ ਰਹੇ ਕਦੀ, ਕੋਈ ਕਾਸ਼ਤਕਾਰ MP MLA ਹੋਇਆ ਕਦੀ ਵੀ ਨਹੀਂ ਹੋਇਆ, ਹੋ ਵੀ ਨਹੀਂ ਸਕਦਾ। ਉਹ ਮਰ ਬੁੱਢੀ ਗੀਤ ਗਾਵੇ, ਲੋਕਾਂ ਭਾਣ ਵਿਆਹ, ਕਾਸ਼ਤਕਾਰ ਜਿਹੜੇ ਉਹਦੇ ਗਰੀਬ ਦੇ ਤਾਂ ਖਰਚੇ ਹੀ ਨਹੀਂ ਪੂਰੇ ਹੁੰਦੇ, ਉਹਨੇ ਕਿੱਥੋਂ ਇੰਨੇ ਕਰੋੜਾਂ ਰੁਪਈਏ ਖਰਚ ਕਰ ਲੈਣੇ ਆ? ਇਹਨਾਂ ਲੋਕਾਂ ਦੇ ਹੋਰ ਜ਼ਰਾਏ ਆਮਦਨ ਜਦੋਂ ਇਲੈਕਟ ਹੋ ਜਾਂਦੇ ਫਿਰ ਹੋਰ ਹੋ ਜਾਂਦੇ ਆ। ਇਸ ਵਾਸਤੇ ਅਸੈਂਬਲੀ ਦੇ ਵਿੱਚ ਆ ਜਿਹੜੀਆਂ ਦਿਲ ਪਿਛੋਰੀ ਕਰਨ ਦੀਆਂ ਸੀਟਾਂ ਰੱਖੀਆਂ ਉਹ ਬੰਦ ਕੀਤੀਆਂ ਜਾਣ, ਕਾਸ਼ਤਕਾਰਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ, ਮਜ਼ਦੂਰ ਨੂੰ ਨੁਮਾਇੰਦਗੀ ਦਿੱਤੀ ਜਾਵੇ। ਮਜ਼ਦੂਰ ਦੀ ਤਾਰੀਫ ਇਹ ਹੈ ਜਿਹੜਾ ਦਿਹਾੜੀ ਕਰਦਾ ਹੋਵੇ। ਇਹ ਨਹੀਂ ਵੀ ਬਾਬਾ ਏ ਜਮਹੂਰੀਅਤ ਅਤੇ ਬਾਬਾ ਏ ਵਾਪਡਾ, ਕਰੋੜਾਂ ਅਰਬਾਂ ਦੇ ਉਹਨਾਂ ਦੇ ਅਸਾਸੇ ਆ। ਇਸੇ ਤਰ੍ਹਾਂ ਉਹ ਕਾਸ਼ਤਕਾਰ ਜਿਹਦੀ ਅੱਧਾ ਮਰੱਬਾ ਤੱਕ ਵਾਹੀ ਹੋਵੇ ਔਰ ਉਹਦੇ ਤੋਂ ਇਲਾਵਾ ਉਹਦਾ ਕੋਈ ਜ਼ਰੀਆ ਮੁਆਸ਼ ਨਾ ਹੋਵੇ, ਉਹਦੀ ਐਡਵਰਟਾਈਜ਼ਮੈਂਟ ਜਿਹੜੀ ਆ ਸੋਸ਼ਲ ਮੀਡੀਆ ਔਰ ਸਰਕਾਰੀ ਮੀਡੀਆ ਕਰਨ, ਲੋਕ ਉਹਨੂੰ ਵੋਟ ਦੇਣ, ਫਿਰ ਤਾਂ ਅਸੀਂ ਮੰਨੀਏ, ਫਿਰ ਉਹ ਸਾਡਾ ਦੁੱਖ ਜਾਣੇ। ਕੋਈ ਬੰਦਾ ਗਿਆ ਕਿਸੇ ਬੰਦੇ ਦੇ ਕੋਲ, ਉਹਦੇ ਲਾਗੇ ਸੀ ਸੱਟ, ਉਹਨੇ ਕਿਹਾ ਭਾਈ ਤੇਰੇ ਕਦੀ ਸੱਟ ਲੱਗੀ, ਤੇਰੀ ਕਦੀ ਕੋਈ ਹੱਡੀ ਟੁੱਟੀ? ਉਹਨੇ ਕਿਹਾ ਨਹੀਂ। ਉਹਨੇ ਕਿਹਾ ਫਿਰ ਤੂੰ ਮੇਰਾ ਦੁੱਖ ਕਿੱਦਾਂ ਜਾਣੇ? ਇਸ ਵਾਸਤੇ ਦੁੱਖ ਉਹ ਹੀ ਜਾਣਦਾ ਜਿਹਨੂੰ ਦੁੱਖ ਲੱਗਾਇਆ ਹੋਵੇ। ਹੱਸਦੇ ਰਹੋ ਤਾਂ ਵੱਸਦੇ ਰਹੋ, ਸ਼ਾਦ ਰਹੋ ਅਤੇ ਆਬਾਦ ਰਹੋ। ਅੱਲਾਹ ਤਾਲਾ ਸਭ ਨੂੰ ਆਸਾਨੀਆਂ ਅਤਾ ਫਰਮਾਏ ਔਰ ਆਸਾਨੀਆਂ ਵੰਡਣ ਦਾ ਸ਼ਰਫ ਅਤਾ ਫਰਮਾਏ। ਪਾਕਿਸਤਾਨ ਜ਼ਿੰਦਾਬਾਦ।